प्रगटे गोपाल महांत के माथे नानक उधरे तिनके महांत लफ्ज आया हूं महंत लफ्ज इतो बनया है महंत लफ्ज बनया है महांत लफ्ज आया महाअंत महाअंत की है राम गर्भ च पिया है जदा ओदा एंड होया राम गर्भ दा एंड होया हुण सब तो वड्डा अंत है एक होंदा देहांत एक है महांत दो लफ्ज आए ना असीं कहने देहांत हो गया देहांत हो गया जिहड़ा शरीर मिलिया ओदा अंत होया गर्भ चो बाहर नहीं गया जमण वाल नहीं छुटिया है मरिया जरूर है ਇਹ ਦੇਹੀ ਦਾ ਅੰਤ ਹੋਇਆ ਜਿਹੜੀ ਕੋਲ ਸੀ ਉਸ ਵੇਲੇ ਜਿਹੜੀ ਦੇਹ ਸੀ ਜਿਹਨੂੰ ਵਿਦੇਹੀ ਕਹਿੰਦੇ ਉਹ ਹੈ ਤਾਂ ਵਿਦੇਹੀ ਸੀ ਪਰ ਇਹ ਦੇਹੀ ਬੰਦੇ ਨੇ ਨਾ ਉਹ ਸਰੀਰ ਦਾ ਹੀ ਅੰਤ ਹੋਇਆ ਜਿਹੜਾ ਟਾਈਮ ਪੀਰੀਅਡ ਸੀ ਇੱਕ ਪੀਰੀਅਡ ਦਾ ਅੰਤ ਅੱਜ ਦੀ ਕਲਾਸ ਹੈ ਜਿਹੜੀ ਜਿਵੇਂ ਸਕੂਲ ਦੇ ਵਿੱਚ ਹੈ ਅੱਜ ਦੇ ਮਤਲਬ ਜਿਹਨਾਂ 'ਚ ਪੜ੍ਹਨਾ ਸੀ ਉਹਦਾ ਅੰਤ ਹੋਇਆ ਕੱਲ੍ਹ ਨੂੰ ਫਿਰ ਕਲਾਸ ਲੱਗ ਜਾਓ ਦੂਏ ਦਿਨ ਫਿਰ ਸਕੂਲ ਖੁੱਲੂ ਦੂਏ ਜਨਮ ਦਾ ਸਕੂਲ ਹੈ ਜਿਹੜਾ ਖੁੱਲਣਾ ਉਹ ਪਹਿਲੇ ਦਿਨ ਦਾ ਐਂਡ ਹੋਇਆ ਹੈ ਸਭ ਦੇਹਾਂਤ ਦੇਹੀ ਦਾ ਅੰਤ ਹੋਇਆ ਇਹ ਮਹਾਂਤ ਕੀ ਹੈ ਮਹਾਂਤ ਕੀ ਹੈ ਅਗਲੀ ਦੇਹੀ ਮਿਲਣੀ ਉਹਦੀ ਜਦੋਂ ਅਗਲਾ ਜਨਮ ਨਹੀਂ ਮਿਲਣਾ ਮਹਾਂਤ ਹੈ ਤਾਂ ਬੜਾ ਅੰਤ ਨਹੀਂ ਕੋਈ ਹੈ ਬਸ ਅੰਤ ਹੋ ਗਿਆ ਹੁਣ ਜਦ ਜਿਉਂਦਾ ਮਰਦਾ ਤਾਂ ਮਹਾਂਤ ਹੁੰਦਾ ਜਾਂ ਜੀਵਨ ਵਿੱਚ ਮਰ ਜਾਂਦਾ ਨਾ ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰਿਆ ਮਰਿਆ ਹੋਇਆ ਜਿਉਂਦਾ ਹੁੰਦਾ ਜਦ ਮਰ ਕੇ ਜਿਉਂਦਾ ਹੁੰਦਾ ਮਹੰਤ ਤਾਂ ਫਿਰ ਮਰਨਾ ਨਾ ਐਸੀ ਮਰਨੀ ਜੋ ਮਰੇ ਬੋਲ ਨਾ ਮਰਨਾ ਉਹ ਮਹੰਤ ਉਹਨੂੰ ਮਹੰਤ ਕਿਹਾ ਮਹਾਅੰਤ ਜਿਹਦਾ ਮਹਾਂਤ ਹੋ ਜਾਏ ਜਿਹਨੂੰ ਜੀਵਨ ਮੁਕਤ ਅਵਸਥਾ ਪ੍ਰਾਪਤ ਹੋ ਜਾਵੇ ਉਹ ਦੇਹ ਗੋਪਾਲ ਮੱਥੇ ਤੇ ਪ੍ਰਗਟ ਹੋ ਜਾਂਦਾ ਹੈ ਹਿਰਦੇ 'ਚ ਉਹਦੇ ਸ਼ਬਦ ਗੁਰੂ ਪ੍ਰਗਟ ਹੁੰਦਾ ਹਿਰਦੇ 'ਚ ਸ਼ਬਦ ਗੁਰੂ ਤਾਂ ਖਾ ਨਹੀਂ ਹੈ ਮਹਾਂਤ ਤੇ ਲਿਖਿਆ ਹੈ ਵੈਸੇ ਪ੍ਰਗਟੇ ਗੋਪਾਲ ਮਹਾਂਤ ਕੇ ਮੱਥੇ ਹਾਂ ਗੋਪਾਲ ਪ੍ਰਗਟ ਹੋ ਜਾਂਦਾ ਹੈ ਠੀਕ ਹੈ ਗੋਪਾਲ ਪ੍ਰਗਟ ਦਾ ਸਤਿਗੁਰ ਦਾ ਜਨਮ ਹੋ ਜਾਂਦਾ ਸਤਿਗੁਰ ਕੇ ਜਨਮ ਹੈ ਇੱਥੇ ਉੱਥੇ ਸਤਿਗੁਰ ਕਹਿਤਾ ਇੱਥੇ ਗੋਪਾਲ ਕਹਿਤਾ ਪ੍ਰਗਟੇ ਗੋਪਾਲ ਗੋਪਾਲ ਦਾ ਜਨਮ ਹੋ ਜਾਂਦਾ ਇੱਥੇ ਮਹਾਂਤ ਦੇ ਮੱਥੇ ਹਾਂ ਮਹਾਂ ਦੇ ਮੱਥੇ ਜਿਹਦਾ ਮਹਾਂਤ ਹੋ ਗਿਆ ਜਿਹਦਾ ਮਹਾਂਤ ਹੋ ਚੁੱਕਿਆ ਜੋ ਰਾਮ ਗਰਭ ਤੋਂ ਬਾਹਰ ਹੈ ਜਿਹਨੇ ਦੁਬਾਰਾ ਜਨਮ ਨਹੀਂ ਲੈਣਾ ਉਹਦੇ ਹਿਰਦੇ ਮਾਤਾ ਹਿਰਦੇ ਨੂੰ ਕਹਿੰਦੇ ਨੇ ਮਾਤਾ ਹਿਰਦਾ ਸਾਡਾ ਅੰਦਰਲੇ ਸ਼ੀਲ ਦਾ ਹਿਰਦਾ ਮਾਥਾ ਹੁੰਦਾ ਮਨ ਮੱਥਾ ਹੀ ਹੁੰਦਾ ਮਨੇ ਮੂਹਰੇ ਹੈ ਹਰੇਕ ਗੱਲ 'ਚ ਮਨੇ ਮੂਹਰੇ ਹੈ ਪ੍ਰਗਟੇ ਗੋਪਾਲ ਮਹਾਂਤ ਕੇ ਮੱਥਾ ਨਾਨਕ ਉਧਰੇ ਤਿਨਕੇ ਸਾਥ ਹੈ ਨਾਨਕ ਕਹਿੰਦਾ ਉਧਰੇ ਤਿਨਕੇ ਸਾਥ ਹੈ ਉਸ ਆਦਮੀ ਦੇ ਨਾਲ ਜੁੜ ਕੇ ਸੰਸਾਰ 'ਚ ਉਧਾਰ ਹੋ ਸਕਦਾ